ਅਜੀਤ ਪਬਲਿਕ ਟੀਵੀ ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਅੱਜ ਅਸੀਂ ਫੇਰ ਹਲਕਾ ਕਨੌਰ ਦੇ ਵਿਧਾਇਕ ਸ਼੍ਰੀ ਮਦਨ ਲਾਲ ਜੀ ਜਲਾਲਪੁਰ ਜਿਹੜੇ ਬਹੁਤ ਵਧੀਆ ਵੋਟਾਂ ਦੇ ਨ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਕੇ ਆਏ ਨੇ ਔਰ ਲੋਕਾਂ ਵਿੱਚ ਬਹੁਤ ਹਰਮਨ ਪਿਆਰੇ ਨੇ ਧਰਤੀ ਦੇ ਨਾਲ ਜੁੜੇ ਹੋਏ ਇਨਸਾਨ ਨੇ ਔਰ ਆਪਣੇ ਹਲਕੇ ਦੇ ਲੋਕਾਂ ਨਾਲ ਹਮੇਸ਼ਾ ਜੁੜ ਕੇ ਰਹਿੰਦੇ ਨੇ ਉਹਨਾਂ ਦੇ ਨਾਲ ਮੁਲਾਕਾਤ ਅਜੀਤ ਪਬਲਿਕ ਟੀਵੀ ਲਈ ਕਰਨ ਲੱਗੇ ਆਂ ਮਦਨ ਲਾਲ ਜੀ ਸਭ ਤੋਂ ਪਹਿਲਾਂ ਅਜੀਤ ਬਾਇਬੀ ਟੀਵੀ ਦੇ ਦਰਸ਼ਕਾਂ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਕੀ ਕਹਿਣਾ ਚਾਹੂਗਾ ਮੈਂ ਸਾਰੇ ਜੀਤ ਤੇ ਮੇਰੇ ਸਾਰੇ ਮੇਰੇ ਵੀਰ ਸਰੋਤਿਆਂ ਨੂੰ ਜਿਹੜੇ ਇਹ ਦੇਖਦੇ ਨੇ ਪ੍ਰੋਗਰਾਮ ਸਾਰਾ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਵਧਾਈ ਦਿੰਦਾ ਸਭ ਤੋਂ ਵੱਡੀ ਵਧਾਈ ਇਹ ਪੰਜਾਬ ਦੇ ਵਿੱਚ ਅੱਜ ਕਾਂਗਰਸ ਦੀ ਸਰਕਾਰ ਬਣੀ ਹੈ ਕੈਪਟਨ ਅਮਿੰਦਰ ਸਿੰਘ ਜੀ ਮੁੱਖ ਮੰਤਰੀ ਬਣੇ ਨੇ ਜਿਹੜਾ ਪੰਜਾਬ ਦਸਾਂ ਸਾਲਾਂ ਤੋਂ ਪਿੱਛੇ ਚੱਲਿਆ ਗਿਆ ਸੀ ਸਾਨੂੰ ਪੂਰੀ ਉਮੀਦ ਹੈ ਕੈਪਟਨ ਅਮਿੰਦਰ ਸਿੰਘ ਦੀ ਵਧੀਆ ਸੋਚ ਨੀਤ ਸਾਫ ਦੇ ਨਾਲ ਜਿਹੜਾ ਇਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤਾ ਹੁਣ ਪੰਜਾਬ ਦੇ ਵਿੱਚ ਪੰਜਾਬ ਨੂੰ ਅੱਗੇ ਵਧਾਉਣ ਦੇ ਲਈ ਬੜੀ ਉਮੀਦ ਸੀ ਸਾਰੇ ਪੰਜਾਬ ਦੇ ਲੋਕਾਂ ਨੂੰ ਨਿਵਾਸੀਆਂ ਨੂੰ ਵੀ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਕੇ ਤੇ ਪੰਜਾਬ ਦਾ ਜਿਹੜਾ ਬੁਰਾ ਹਾਲ ਆ ਇਹ ਠੀਕ ਹੋਊਗਾ ਡੁੱਬ ਚੁੱਕਾ ਜਿਹੜਾ ਪੰਜਾਬ ਦੁਆਰਾ ਕਿਸੇ ਪਾਸੇ ਲੱਗੂਗਾ ਸਭ ਤੋਂ ਪਹਿਲਾਂ ਸਾਡੇ ਕੋਲ ਚੁਣੌਤੀ ਸੀ ਕਣਕ ਦੀ ਖਰੀਦ ਦੀ ਸਾਰੇ ਪੰਜਾਬ ਚ ਰੌਲਾ ਸੀ ਵੀ ਜਿਹੜੇ ਸਰਕਾਰ ਨਵੇਂ ਨਵੇਂ ਬਣੀਆਂ ਵੀ ਜਿਹੜੀ ਕਣਕ ਦੀ ਖਰੀਦ ਹੈ ਨਹੀਂ ਹੋਣੀ ਪਰ ਸਾਡੇ ਅੱਜ ਪੂਰਾ ਸਾਨੂੰ ਇਸ ਗੱਲ ਦੀ ਖੁਸ਼ੀ ਆ ਵੀ ਮੰਡੀਆਂ ਦੇ ਵਿੱਚ ਜਿਹੜੇ 10 ਸਾਲਾਂ ਦੇ ਵੀ ਜਿਹੜੀ ਫਸਲ ਦੀ ਬੇਕਦਰੀ ਹੋਈ ਆ ਕਣਕ ਦੇ ਸੀਜ਼ਨ ਦੇ ਵਿੱਚ ਚਾਰ-ਚਾਰ ਦਮ ਜ਼ਿੰਮੇਦਾਰ ਮੰਡੀਆਂ ਚ ਰੁਲੇ ਨੇ ਤਿੰਨ-ਤਿੰਨ ਮਹੀਨੇ ਪੇਮੈਂਟਾਂ ਨੇ ਮਿਲੇ ਆ ਅੱਜ ਕਿਸਾਨ ਸਵੇਰੇ ਟਰਾਲੀ ਲੈ ਕੇ ਜਾਂਦਾ ਸ਼ਾਮ ਦੀ ਰੋਟੀ ਘਰ ਆ ਕੇ ਖਾਂਦਾ ਕਦੇ ਵੀ ਕਿਸੇ ਕਿਸਾਨ ਨੂੰ ਰਾਤ ਨਹੀਂ ਕੱਟਣੀ ਪਈ ਜਿਹੜੀ ਪੇਮੈਂਟ ਆ ਕਿਸਾਨਾਂ ਦੀ ਅੱਜ ਜੇ ਮੰਡੀ 'ਚ ਬਿੱਲ ਬਣਿਆ ਕਣਕ ਤੁਲਿਆ ਤੇ ਦੂਜੇ ਦਿਨ ਜਾਂ ਤੀਜੇ ਨੂੰ ਦੀ ਪੇਮੈਂਟ ਆ ਗਈ ਕੋਈ ਦਿੱਕਤ ਨਹੀਂ ਆਈ ਸਭ ਤੋਂ ਵੱਡੀ ਜਿਹੜੀ ਚੁਣੌਤੀ ਸੀ ਇਹ ਕੈਪਟਨ ਸਾਹਿਬ ਨੇ ਬਿਲਕੁਲ ਆਪਣੀ ਸੋਚ ਦੇ ਨਾਲ ਇਹ ਇਹਨੂੰ ਬੜੇ ਢੰਗ ਤਰੀਕੇ ਨਾਲ ਇਹਨੂੰ ਕੀਤਾ ਤੇ ਅੱਜ ਸਾਰੇ ਕਿਸਾਨ ਪੰਜਾਬ ਦੇ ਖੁਸ਼ ਨੇ ਅਸੀਂ ਲੋਕ ਵੀ ਕੈਪਟਨ ਸਾਹਿਬ ਜਿਹੜੀ ਸੋਚ ਨੂੰ ਲੈ ਕੇ ਸੀ ਉਹਨਾਂ ਦੇ ਨਾਲ ਤੁਰੇ ਆ ਅੱਜ ਸਾਨੂੰ ਬੜੀ ਖੁਸ਼ੀ ਆ ਮਦਨ ਲਾਲ ਜੀ ਤੁਸੀਂ ਦੂਸਰੀ ਵਾਰ ਵਿਧਾਨ ਸਭਾ ਦੇ ਵਿੱਚ ਗਏ ਹੋ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ ਇੱਕੋ ਇੱਕ ਗੱਲ ਹੈਗੀ ਆ ਹਰ ਇਨਸਾਨ ਕਿਸੇ ਵੀ ਤਰ੍ਹਾਂ ਦਾ ਹੋਵੇ ਗਰੀਬ ਹੋਵੇ امیر ਹੋਵੇ ਉਹ ਸਾਡੇ ਵਰਗਾ ਇਨਸਾਨ ਹੁੰਦਾ ਹਰ ਇਨਸਾਨ ਦੀ ਕਦਰ ਕਰਨੀ ਚਾਹੀਦੀ ਆ ਹਰ ਵੋਟਰ ਹਰ ਪਰਮਾਤਮਾ ਨੇ ਡਿਊਟੀ ਵੱਖਰੀਆਂ ਵੱਖਰੀਆਂ ਲਾਈਆਂ ਕੋਈ ਕਿਸ ਢੰਗ ਨਾਲ ਕਰ ਰਿਹਾ ਸਾਨੂੰ ਅੱਜ ਇਸ ਲਾਈਨ ਚ ਪਤਾ ਪਰ ਸਾਨੂੰ ਆਪਣਾ ਜਿਹੜਾ ਸਿਸਟਮ ਸੀ ਉਹ ਬਦਲਣਾ ਚਾਹੀਦਾ ਹਰ ਇਨਸਾਨ ਦੀ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ ਉਹ ਸਾਡੇ ਵਰਗੇ ਇਨਸਾਨ ਨੇ ਸਾਨੂੰ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਜਿੰਨੀ ਹੋਵੇ ਇਮਾਨਦਾਰੀ ਦੇ ਨਾਲ ਸੇਵਾ ਕਰਨੀ ਚਾਹੀਦੀ ਆ ਕੋਈ ਤੁਹਾਨੂੰ ਇਹ ਨਾ ਕੇ ਕਹੇ ਵੀ ਤੁਹਾਡਾ ਐਮ ਐਲ ਏ ਇਹ ਪੈਸੇ ਲੈ ਰਿਹਾ ਜੀ ਇਹ ਚੋਰ ਆ ਜੀ ਇਹ ਇਹ ਸਾਰਾ ਚੀਜ਼ਾਂ ਖਤਮ ਕਰਕੇ ਇੱਕ ਇਮਾਨਦਾਰੀ ਸੋਚ ਨਾਲ ਸੇਵਾ ਕਰਨੀ ਚਾਹੀਦੀ ਆ ਇਹਨੂੰ ਬਿਜ਼ਨਸ ਨਹੀਂ ਬਣਾਉਣਾ ਚਾਹੀਦਾ ਮਦਨ ਲਾਲ ਜੀ ਇਹ ਦੱਸੋ ਕਿ ਪੰਜਾਬ ਸਰਕਾਰ ਦੀਆਂ ਜਿਹੜੀਆਂ ਪਹਿਲੀਆਂ ਤਰਜੀਹਾਂ ਕੀ ਹੋਣੇ ਚਾਹੀਦੀਆਂ ਨੇ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਹੱਥ ਪਾਇਆ ਸਭ ਤੋਂ ਪਹਿਲਾਂ ਤਾਂ ਜਿਹੜਾ ਪੰਜਾਬ ਨਸ਼ੇ ਨਾਲ ਡੁੱਬ ਚੁੱਕਿਆ ਸੀ ਕੈਪਟਨ ਸਾਹ ਨੇ ਇੱਕ ਗੱਲ ਕਹੀ ਸੀ ਮੈਂ 3 ਮਹੀਨੇ ਜਾਂ 4 ਹਫਤਿਆਂ ਚ ਨਸ਼ਾ ਖਤਮ ਕਰ ਦਊਗਾ ਜਿੱਦ ਨੇ ਇਸ ਸੀਟ ਤੇ ਬੈਠੇ ਨੇ 75% ਨਸ਼ਾ ਤਾਂ ਉਸੇ ਦਿਨ ਜਿਹੜਾ ਹੈਗਾ ਸੀ ਖਤਮ ਹੋ ਚੁੱਕਿਆ ਸੀ ਪਤਾ ਲੱਗ ਗਿਆ ਸੀ ਵੀ ਕੈਪਟਨ ਸਾਹਿਬ ਬਹੁਤ ਸਖਤ ਨੇ ਜਿਹੜੇ ਛੋਟੇ-ਛੋਟੇ ਵਪਾਰੀ ਸੀ ਨਸ਼ਾ ਵੇਚਦੇ ਉਹਨਾਂ ਤਾਂ ਉਸੇ ਟਾਈਮ ਹੀ ਧੰਦਾ ਬੰਦ ਕਰਤਾ ਜਿਹੜੀ ਮਾੜੀ-ਮੋਟੀ ਕਸਰ ਰਹਿ ਗਈ ਸਾਨੂੰ ਪੂਰੀ ਉਮੀਦ ਆ ਛੇਤੀ ਤੋਂ ਛੇਤੀ ਜਿਹੜਾ ਪੰਜਾਬ ਚ ਸਾਡੀ ਜਵਾਨੀ ਤਵਾਹ ਹੋ ਚੱਲੀ ਸੀ ਸਾਡੇ ਜਿਹੜੇ ਬੱਚੇ ਛੋਟੇ ਛੋਟੇ ਉਮਰ ਦੇ ਵਿੱਚ ਇਹ ਚਿੱਟੇ ਨਸ਼ੇ ਦਾ ਸ਼ਿਕਾਰ ਹੋ ਗਏ ਸੀ ਮਾੜੇ ਪਾਸੇ ਤੁਰ ਪਏ ਸੀ ਇਹ ਬਿਲਕੁਲ ਅੱਜ ਸਾਨੂੰ ਬਹੁਤ ਇਹਦੇ ਬੱਚਾ ਨੂੰ ਸਾਡਾ ਖਿਹੜਾ ਛੋੜਿਆ ਕੈਪਟਨ ਸਾਹਿਬ ਦੇ ਮੁੱਖ ਮੰਤਰੀ ਬਣ ਨਾਲ ਮਦਨ ਲਾਲ ਜੀ ਤੁਹਾਡੇ ਹਲਕੇ ਦੀਆਂ ਤੁਹਾਡੀਆਂ ਤਰਜੀਹਾਂ ਕਿਹੜੀਆਂ-ਕੜੀਆਂ ਨੇ ਕਿਹੜੇ-ਕਿਹੜੇ ਪ੍ਰੋਜੈਕਟਾਂ ਨੂੰ ਤੁਸੀਂ ਪ੍ਰਾਇੋਰਟੀ ਦੇ ਤੌਰ ਤੇ ਪੰਜਾਬ ਸਰਕਾਰ ਤੋਂ ਹੱਲ ਕਰਾਉਣ ਦਾ ਯਤਨ ਕਰੋਗੇ ਸਭ ਤੋਂ ਪਹਿਲਾਂ ਤਾਂ ਸਾਡੇ ਸਿੰਚਾਈ ਦਾ ਮੁੱਦਾ ਨਹਿਰਾਂ ਸਾਡੇ ਵਿੱਚ ਦੀ ਲੰਘ ਰਹੀਆਂ ਐਸ.ਐੱਲ ਬਣੀ ਸੀ ਨਹਿਰ ਉਹ ਚੱਲੀ ਨਹੀਂ ਅੱਜ ਸਾਡਾ ਜਿਹੜਾ ਪਾਣੀ ਆ ਬਹੁਤ ਡੂੰਘੇ ਚਲਾ ਗਿਆ ਮੇਰੀ ਪੂਰੀ ਪਹਿਲੀ ਸੋਚ ਇਹ ਆ ਮੈਂ ਪਿੰਡ ਪਿੰਡ ਤੱਕ ਲਿਫਟ ਸਕੀਮ ਜਿਵੇਂ ਸਾਡੇ ਹਰਿਆਣੇ ਚ ਅੰਬਾਲੇ ਤੋਂ ਪਰਾਂ ਪੋਖਰਾ ਸਭ ਤੱਕ ਪਾਣੀ ਪਹੁੰਚਾਦਾ ਸਾਡੀ ਨਰਵਾਣਾ ਬ੍ਰਾਂਚੋਂ ਉਸੇ ਵੇਸ ਤੇ ਮੈਂ ਮਹਾਰਾਣੀ ਸਾਹਿਬ ਨਾਲ ਕਈ ਵਾਰੀ ਗੱਲ ਹੋ ਚੁੱਕੀ ਆ ਇਰੀਗੇਸ਼ਨ ਮੰਤਰੀ ਨਾਲ ਮੇਰੀ ਗੱਲ ਹੋਈ ਆ ਤੇ ਜਿਹੜੇ ਚੀਫ ਇੰਜੀਨੀਅਰ ਉਹਨਾਂ ਨਾਲ ਵੀ ਗੱਲ ਹੋ ਚੁੱਕੀ ਆ ਵੀ ਮੈਂ ਇੱਕ ਤਾਂ ਘਰ ਘਰ ਨਹਿਰੀ ਪਾਣੀ ਪਹੁੰਚਾਉਂਗਾ ਦੂਜੀ ਗੱਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਕੇ ਦਊਂਗਾ ਤੀਜੀ ਬੇਰਜ਼ਗਾਰੀ ਸਾਡੇ ਇੰਡਸਟਰੀ ਬਹੁਤ ਲੱਗ ਰਹੀ ਆ ਪਰ ਜਿਹੜੇ ਮੁਲਾਜ਼ਮ ਨੇ ਜਿਹੜੇ ਨੇ ਕੰਮ ਇਨ ਇਥੇ ਕੰਮ ਕਰਨਾ ਉਹ ਸਾਰੇ ਬਾਹਰ ਦੇ ਅੱਗੇ ਲੱਗ ਰਹੇ ਨੇ ਮੈਂ ਇਹ ਚਾਹੂੰਗਾ ਵੀ 70% ਜਿਹੜੇ ਫੈਕਟਰੀਆਂ 'ਚ ਕੰਮ ਕਰਨ ਸਾਡੇ ਨੌਜਵਾਨ ਜਿਹੜੇ ਅੱਜ ਵਿਹਲੇ ਫਿਰੇ ਨੇ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਨੇ ਜਦੋਂ ਬੰਦਾ ਬੱਚਾ ਵਿਹਲਾ ਹੋਵੇ ਉਹ ਕਿਸੇ ਨਾ ਕਿਸੇ ਮਾੜੇ ਕੰਮ ਲੱਗਦਾ ਮੈਂ ਉਹ ਚਾਹੂੰਗਾ ਵੀ ਉਹ ਸਾਰੇ ਬੱਚਿਆਂ ਨੂੰ ਫੈਕਟਰੀਆਂ 'ਚ ਰਜ਼ਗਾਰ ਮਿਲੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰਨ ਹੈਲਥ ਜਿਹੜਾ ਸਾਡਾ ਹਸਪੀਟਲ ਆ ਉਹ ਬਹੁਤ ਮਾੜਾ ਉੱਤੇ ਆਬਾਦੀ ਬਹੁਤ ਜ਼ਿਆਦਾ ਹੋ ਗਈ ਪੇਸ਼ੈਂਟ ਬਹੁਤ ਆਉਂਦੇ ਨੇ ਹਸਪਤਾਲ ਛੋਟਾ ਇੱਕ ਮੈਂ ਹਸਪਤਾਲ ਨੂੰ ਅਪਗ੍ਰੇਡ ਕਰਾ ਕੇ 100 ਬੈੱਡ ਦਾ ਕੈਪਟਨ ਸਾਹਿਬ ਤੋਂ ਜ਼ਰੂਰ ਇਹਨੂੰ ਬਣਾਵਾਂਗਾ ਇਹ ਸਭ ਤੋਂ ਪਹਿਲਾਂ ਮੇਰੇ ਮੁੱਦੇ ਨੇ ਪੜ੍ਹਾਈ ਦਾ ਸਾਡੇ ਸਕੂਲਾਂ ਦੇ ਵੀ ਟੀਚਰਾਂ ਦੀ ਬਹੁਤ ਘਾਟ ਆ ਕੱਲ ਜਿਹੜਾ ਪੜ੍ਹਾਈ ਇੱਕੋ ਇੱਕ ਕਾਲਜ ਆ ਉਹ ਵੀ ਮੈਂ ਜਦੋਂ ਆਜ਼ਾਦ ਐਮਐਲਏ ਬਣਿਆ ਸੀ ਉਦੋਂ ਬਣਾਇਆ ਸੀ ਮੈਂ ਚਾਹੂੰਗਾ ਇੱਕ ਲੜਕੀਆਂ ਦਾ ਕਾਲਜ ਬਣੇ ਜਿਹੜੇ ਟੀਚਰਾਂ ਉਹ ਸਕੂਲਾਂ ਚ ਪੂਰੇ ਹੋਣ ਜਿਹੜੇ ਪ੍ਰਿੰਸੀਪਲਾਂ ਵਧੀਆ ਹੋਣ ਜਿਹੜੀ ਸਿੱਖਿਆ ਖੇਤਰ ਦੇ ਵਿੱਚ ਜਦੋਂ ਬੱਚੇ ਸਾਡੇ ਹਲਕਾ ਜਿਹੜਾ ਹੈਗਾ ਅੱਗੇ ਵਧੂਗਾ ਤਾਂ ਸਾਡੀ ਬੇਰਜ਼ਗਾਰੀ ਆਟੋਮੈਟਿਕ ਖਤਮ ਹੋ ਜਾਊਗੀ ਇਹ ਮੇਰੀ ਸਭ ਤੋਂ ਪਹਿਲਾਂ ਮੇਰੀ ਸੋਚ ਆ ਵੀ ਮੈਂ ਆਪਣੇ ਹਲਕੇ ਨੂੰ ਅੱਗਾ ਵਧਾਵਾਂ ਮदनलाल ਜੀ ਇਹ ਦੱਸੋ ਵੀ ਪਾਰਟੀਆਂ ਜਿਹੜੀਆਂ ਚੋਣਾਂ ਦੇ ਵਿੱਚ ਲੋਕਾਂ ਦੇ ਨਾਲ ਵਾਅਦੇ ਕਰਦੀਆਂ ਹੈਗੀਆਂ ਨੇ ਕੀ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦਾ ਯਤਨ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਅਰ ਸਾਨੂੰ ਪੂਰੀ ਉਮੀਦ ਆ ਵੀ ਜਿਵੇਂ ਕੈਪਟਨ ਸਾਹਿਬ ਦੀ ਸੋਚ ਆ ਮਨਪ੍ਰੀਤ ਜੀ ਉਹਨਾਂ ਨੇ ਡਿਊਟੀ ਲਈ ਆ ਮਨਪ੍ਰੀਤ ਦੀ ਮਨਪ੍ਰੀਤ ਵੀ ਬੜਾ ਵਧੀਆ ਕੰਮ ਕਰ ਰਿਹਾ ਵੀ ਇੱਕ ਇੱਕ ਜਿਵੇਂ ਪੰਜਾਬ ਦੀ ਹਾਲਤ ਸੁਧਰੋਗੇ ਜਿਹੜਾ ਵਾਦਾ ਕੈਪਟਨ ਸਾਹਿਬ ਨੇ ਕਰਿਆ ਸੀ ਇੱਕ ਇੱਕ ਵਾਦਾ ਪੂਰਾ ਕਰਨਗੇ ਅਰੇ 5 ਸਾਲਾਂ ਚ ਮੈਂ ਨਹੀਂ ਕਹਦਾ ਵੀ ਅੱਜ ਹੀ ਹੋ ਜਾਣਗੇ ਪਰ ਅੱਜ ਜਿਹੜੇ ਪੰਜਾਬ ਦੇ ਹਾਲਾਤ ਸੀ ਉਹ ਸਾਰਿਆਂ ਦੇ ਸਾਹਮਣੇ ਆ ਮੇਰੇ ਦੱਸਣ ਦੀ ਗੱਲ ਨਹੀਂ ਕੈਪਟਨ ਸਾਹਿਬ ਨੇ ਇਹ ਹਾਲਾਤ ਸੁਧਾਰ ਕੇ ਜਿਹੜਾ ਲੋਕਾਂ ਨਾਲ ਵਾਅਦਾ ਕੀਤਾ ਇੱਕ ਇੱਕ ਪੂਰਾ ਹੋਊਗਾ ਅਰ ਤੁਹਾਡੇ ਸਾਹਮਣੇ ਪੰਜਾਬ ਦੇ ਲੋਕ ਕੈਪਟਨ ਸਾਹਿਬ ਨੂੰ ਹਮੇਸ਼ਾ ਯਾਦ ਰੱਖਣਗੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਚੜਿਆ ਹੋਇਆ ਕਰਜ਼ਾ ਉਸ ਨੂੰ ਨਿਵੇੜਨ ਵਾਸਤੇ ਸਰਕਾਰ ਕੀ ਸuird ਯਤਨ ਕਰ ਰਹੀ ਹੈ ਤੇ ਤੁਹਾਨੂੰ ਸਾਨੂੰ ਉਮੀਦ ਹੈ ਕਿ ਉਹ ਯਤਨਾਂ ਨੂੰ ਬੂਰ ਪਵੇਗਾ ਉਹਦੇ ਬਾਰੇ ਥੋੜਾ ਜਿਹਾ ਸਾਨੂੰ ਵਿਸਥਾਰ ਚ ਮਦਨਾਲਜੀ ਦੱਸੋ ਜਿਹੜਾ ਕੈਪਟਨ ਸਾਹਿਬ ਨੇ ਇੱਕ ਫੈਸਲਾ ਕਰਿਆ ਸੀ ਜਿਹੜਾ ਕਿਸਾਨ ਸਾਡਾ ਖੁਸ਼ਗਦਿਆਂ ਖੁਸ਼ਗਦਿਆਂ ਰਾਹ ਤੇ ਚੱਲ ਪਿਆ ਸੀ ਬਹੁਤ ਮਾੜੇ ਹਾਲਾਤ ਸੀ ਕਿਸਾਨਾਂ ਦੇ ਇੱਕੋ ਇੱਕ ਤਰੀਕਾ ਸੀ ਵੀ ਇਹ ਇਹ ਜਿਹੜੇ ਕਿਸਾਨ ਨੇ ਇਹਨਾਂ ਨੂੰ ਕਰਜ਼ੇ ਤੋਂ ਮੁਕਤ ਕੀਤਾ ਜਾਵੇ ਕੈਪਟਨ ਸਾਹਿਬ ਦੀ ਬਹੁਤ ਵਧੀਆ ਸੋਚ ਆ ਵੀ ਕਿਸਾਨ ਤਾਂ ਬਚੂਗਾ ਜੇ ਇਹ ਕਰਜ਼ੇ ਤੋਂ ਥੱਲੇ ਦਵਾ ਦੇ ਥੱਲੋਂ ਨਿਕਲਣਗੇ ਅੱਜ ਛੋਟੇ ਛੋਟੇ ਕਿਸਾਨਾਂ ਤੇ ਇੰਨਾ ਵੱਡਾ ਬੋਝ ਪਿਆ ਕਰਜ਼ੇ ਦਾ ਇਹ ਕੈਪਟਨ ਸਾਹਿਬ ਨੇ ਮੀਟਿੰਗਾਂ ਚੱਲ ਰਹੀਆਂ ਨੇ ਸਾਨੂੰ ਪੂਰੀ ਉਮੀਦ ਆ ਵੀ ਕੈਪਟਨ ਸਾਹਿਬ ਇਹ ਇਹ ਜਿਹੜਾ ਵਾਅਦਾ ਕੀਤਾ ਸੀ ਕਿਸਾਨਾਂ ਦੇ ਕਰਜ਼ੇ ਦਾ ਇਹ ਮੁਕਤ ਕਰਨਗੇ ਬਿਲਕੁਲ ਮੈਂ ਤੁਹਾਡੇ ਸਾਹਮਣੇ ਕਹਿੰਦਾ ਇਹ ਇਹ ਮਸਲਾ ਹੱਲ ਹੋਊਗਾ ਸਾਡਾ ਕਰਜ਼ਾ ਜਰੂਰ ਕਿਸਾਨਾਂ ਦਾ ਮਾਫ ਹੋਊਗਾ ਬਦਲਾਲ ਜੀ ਆਖਰ ਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਵੋਟਰਾਂ ਨੂੰ ਕਿਸ ਦੇ ਜਿਨਾ ਚਾਹੋਗੇ ਸੰਖੇਪ ਦੇ ਵਿੱਚ ਇਹ ਵੀ ਸਾਡੇ ਨਾਲ ਗੱਲ ਕਰੋ ਮੈਂ ਤਾਂ ਆਪਣੇ ਵੋਟਰਾਂ ਦਾ ਪਹਿਲਾਂ ਤਾਂ ਤੁਹਾਡੇ ਰਾਹੀਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਜੇ ਨਵਾਂਣੇ ਦੇ ਸੇਵਕ ਨੂੰ ਇੱਕ ਛੋਟੇ ਦਿਹਾਤੀ ਪਿੰਡ ਦੇ ਗਰੀਬ ਕਿਸਾਨ ਦੇ ਘਰੇ ਪਹੁੰਚ ਕੇ ਇੰਨਾ ਵੱਡਾ ਮੇਰਾ ਪੰਜਾਬ ਦੇ ਵਿੱਚ ਅੱਜ ਤੀਜੇ ਨੰਬਰ ਤੇ ਮੈਂ ਆ ਇਹ ਸਾਰੇ ਜਿਹੜੀ ਦੇਣ ਆ ਇਹ ਸਾਰੇ ਘਨੌਰ ਦੇ ਵੋਟਰਾਂ ਦੇ ਆ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਨਾਲ ਪਿਆਰ ਦਿਖਾਇਆ ਪਿੰਡੂ ਹਲਕਾ ਸੀ ਮੇਰਾ ਮਨ ਨੂੰ ਕੋਈ ਨਹੀਂ ਉਮੀਦ ਨਸੀ ਮਨ ਨੂੰ ਇੰਨੀਆਂ ਵੋਟਾਂ ਪੈਣਗੀਆਂ ਪਰ ਕਨੌਰ ਦੇ ਮੇਰੇ ਵੀਰ ਵੋਟਰਾਂ ਨੇ ਬਜ਼ੁਰਗਾਂ ਨੇ ਭੈਣਾਂ ਨੇ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਮੇਰੇ ਇੱਡਾ ਸਾਥ ਦਿੱਤਾ ਕਿ ਅੱਜ ਪੰਜਾਬ ਦੇ ਵਿੱਚ ਤੀਜੇ ਨੰਬਰ ਤੇ ਮੈਂ ਆ ਮੈਂ ਪੂਰੀ ਕੋਸ਼ਿਸ਼ ਕਰੂੰਗਾ ਵੀ ਜਿਹੜਾ ਇੱਡਾ ਵੱਡਾ ਕਰਜ਼ਾ ਹਲਕੇ ਨੇ ਮੇਰੇ ਸਿਰ ਤੇ ਪਾਇਆ ਇੱਡਾ ਵੱਡਾ ਬੋਝ ਪਾਇਆ ਮੈਂ ਤਨ ਦੇ ਨਾਲ ਪੂਰੀ ਇਮਾਨਦਾਰੀ ਨਾਲ 100% ਇਮਾਨਦਾਰੀ ਰੱਖ ਕੇ ਇਲਾਕੇ ਦੀ ਸੇਵਾ ਕਰੂੰਗਾ ਪੂਰਾ ਯਤਨ ਕਰੂੰਗਾ ਵੀ ਜਿਸ ਸੋਚ ਨਾਲ ਮੈਨੂੰ ਮਨ ਉਹਨਾਂ ਨੇ ਮੂਰੇ ਚੁਣਿਆ ਤੇ ਇਨੀ ਵੋਟ ਪਾਈ ਆ ਮੈਂ ਖਰਾ ਉਤਰਾਂ ਔਰ ਪੂਰੀ ਇਮਾਨਦਾਰੀ ਨਾਲ ਆ ਕੇ ਦੀ ਸੇਵਾ ਕਰੂੰਗਾ ਮੈਂ ਤੁਹਾਡੇ ਰਾ ਇੱਕ ਵਾਰੀ ਸ਼ੇਰ ਆ ਸਾਰੇ ਵੋਟਰਾਂ ਦਾ ਧੰਨਵਾਦ ਕਰਦਾ ਆ ਆਸ ਕਰਦਾ ਵੀ ਸਾਰਾ ਇਲਾਕਾ ਖੁਸ਼ ਰਹੇ ਪਰਮਾਤਮਾ ਦਾ ਸਿਰ ਤੇ ਹੱਥ ਰਹੇ ਧੰਨਵਾਦ ਇਸਨ ਹਲਕਾ ਕਨੌਰ ਤੋਂ ਵਿਧਾਇਕ ਮਦਨਾਲ ਜਲਾਲਪੁਰ ਜੇ ਦੂਸਰੀ ਵਾਰ ਵਿਧਾਨ ਸਭਾ ਦੇ ਵਿੱਚ ਗਏ ਨੇ ਪਹਿਲਾਂ ਵੀ ਉਹਨਾਂ ਨੇ ਆਪਣੇ ਇਲਾਕੇ ਦੀ ਆਵਾਜ਼ ਬਹੁਤ ਵੱਡੇ ਪੱਧਰ ਤੇ ਬਲੰਦ ਕੀਤੀ ਹੈ ਇਸ ਵਾਰ ਵੀ ਉਹ ਉਹਨਾਂ ਨੇ ਦਾਬਾ ਕੀਤਾ ਕਿ ਉਹ ਆਪਣੇ ਹਲਕੇ ਦੀ ਬਲੰਦ ਕਰਨਗੇ ਅਜੀਤ ਪਬ ਟੀਵੀ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਉਹਨਾਂ ਨੂੰ ਵਧਾਈ ਸੰਦੇਸ਼ ਦਿੰਦੇ ਹਾਂ ਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਾ ਕੇ ਇਸ ਹਲਕੇ ਦੇ ਲਈ ਵਿਕਾਸ ਲਈ ਜਿਹੜੀ ਅਲਕਾਉ ਜਗਾਈ ਹੈ ਸਾਨੂੰ ਉਮੀਦ ਹੈ ਕਿ ਉਹ ਆਪਣੇ ਹਲਕੇ ਲਈ ਡਟ ਕੇ ਕੰਮ ਕਰਨਗੇ ਪਟਿਆਲਾ ਤੋਂ ਅਜੀਤ ਪਬ ਟੀਵੀ ਲਈ ਵਰਨ ਕੁਮਾਰ ਦੇ ਨਾਲ ਜਸਪਾਲ ਸਿੰਘ ਢੱਲੋਂ